ਦੱਸੋ ਇਹਨਾਂ ਰੋਂਦੇ ਬਿਲਖਦੇ ਮਾਪਿਆਂ ਦਾ ਕਸੂਰਵਾਰ ਕੌਣ ਹੈ? ਅਦਾਲਤੀ ਕੰਪਲੈਕਸ ਦੇ ਵਿੱਚ ਅੱਖਾਂ ਸਾਹਮਣੇ ਮੁੰਡੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਮੁੰਡਾ 5 ਗੋਲੀਆਂ ਲੱਗਣ ਤੋਂ ਬਾਅਦ ਵੀ ਕਹਿੰਦਾ ਰਹਿੰਦਾ, ਪਾਪਾ ਮੈਨੂੰ ਹਸਪਤਾਲ ਲੈ ਜਾਓ, ਮੈਨੂੰ ਹਸਪਤਾਲ ਲੈ ਜਾਓ। ਬੱਚੇ ਜਿਹੜੇ ਇਹਨਾਂ ਨਾਲ ਰਲੇ ਹੋਏ ਸੀ, ਮਿਲੇ ਹੋਏ ਸੀ, ਸਾਰੇ ਜਿੰਨੇ ਵੀ, ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬਜ਼ੁਰਗ ਸੀ, ਚੱਕ ਨਹੀਂ ਸੀ ਸਕਦੇ, ਪਰ ਆਲੇ ਦੁਆਲੇ ਵਾਲੇ ਖੜੇ ਲੋਕ ਸਿਰਫ ਤਮਾਸ਼ਾ ਦੇਖਦੇ ਰਹੇ। ਔਰ ਇੱਕ ਇਹੋ ਜਿਹੀ ਸਿਕਿਉਰਿਟੀ ਹੈ ਜਿੱਥੇ ਨਾ ਕੋਈ ਕੈਮਰਾ ਅਦਾਲਤ ਦੇ ਵਿੱਚ ਹੋਣ ਦੇ ਬਾਵਜੂਦ ਇਸ ਤਰੀਕੇ ਨਾਲ ਕੋਈ ਵੀ ਕਿਸੇ ਨੂੰ ਗੋਲੀਆਂ ਮਾਰ ਸਕਦਾ। ਔਰ ਉਹ ਵੀ ਅਜਿਹੇ ਵਿਅਕਤੀਆਂ ਵੱਲੋਂ ਗੋਲੀ ਮਾਰੀ ਜਾਂਦੀ ਹੈ ਜੋ ਖੁਦ ਇੱਕ ਮੁਜਰਿਮ ਹੈ, ਜਿਸ 'ਤੇ ਖੁਦ ਕੇਸ ਚੱਲ ਰਹੇ ਨੇ। ਕਿੱਥੇ ਦਾ ਕਾਨੂੰਨ ਹੈ ਇਹ? ਪੰਜਾਬ ਪੁਲਿਸ ਦੇ ਸਾਬਕਾ ਉੱਚ ਅਧਿਕਾਰੀ ਮਲਵਿੰਦਰ ਸਿੰਘ ਸਿੱਧੂ ਦੇ ਵੱਲੋਂ ਚੰਡੀਗੜ੍ਹ ਅਦਾਲਤੀ ਕੰਪਲੈਕਸ ਦੇ ਵਿੱਚ IRS ਹਰਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਜਾਂਦੀ ਹੈ। ਚੰਡੀਗੜ੍ਹ ਪੁਲਿਸ ਨੇ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਪਰ ਇਹ ਰੋਂਦੇ ਬਿਲਖਦੇ ਮਾਪੇ ਕਿੱਥੇ ਜਾਣ? ਪੁੱਤ ਨੂੰ ਤਾਂ ਸ਼ਰੇਆਮ ਅੱਖਾਂ ਦੇ ਸਾਹਮਣੇ ਮਾਰ ਹੀ ਚੁੱਕੇ ਨੇ। ਦੂਜੇ ਪਾਸੇ ਜੇਕਰ ਕੇਸਾਂ ਦੀ ਗੱਲ ਕਰੀਏ ਤਾਂ ਮਲਵਿੰਦਰ ਸਿੰਘ ਸਿੱਧੂ ਨੂੰ ਅਦਾਲਤ 'ਚ ਪੇਸ਼ਗੀਰੀ ਉਹਨਾਂ ਦੀ ਕੀਤੀ ਗਈ। ਹੁਣ ਵੱਡਾ ਸਵਾਲ ਇਹ ਹੈ ਕਿ ਮੁਲਜ਼ਮ ਹਥਿਆਰ ਲੈ ਕੇ ਅਦਾਲਤ ਦੇ ਵਿੱਚ ਕਿਵੇਂ ਪਹੁੰਚਿਆ? ਪੁਲਿਸ ਖੁਦ ਸਵਾਲਾਂ ਦੇ ਕਟਘਰੇ ਦੇ ਵਿੱਚ ਖੜੀ ਹੋਈ ਹੈ। ਜਿਸ ਅਫਸਰ ਹਰਪ੍ਰੀਤ ਸਿੰਘ ਦੀ ਹੱਤਿਆ ਕੀਤੀ ਗਈ, ਉਸਦਾ ਵਿਆਹ 19 ਜੁਲਾਈ 2020 ਨੂੰ ਮਲਵਿੰਦਰ ਸਿੱਧੂ ਦੀ ਬੇਟੀ ਅਮਤੋਜ਼ ਨਾਲ ਹੋਇਆ ਸੀ। ਉਹ ਪੇਸ਼ੇ ਤੋਂ ਡਾਕਟਰ ਹੈ। ਦੋਵੇਂ ਸਿਰਫ ਔਰ ਸਿਰਫ 70 ਦਿਨ ਦੇ ਆਸ ਪਾਸ ਇਕੱਠੇ ਰਹੇ। ਜਨਵਰੀ 2021 ਦੇ ਵਿੱਚ ਹਰਪ੍ਰੀਤ ਵਿਰੁੱਧ ਉਸਦੀ ਪਤਨੀ ਨੂੰ ਗਰਭਪਾਤ ਲਈ ਮਜਬੂਰ ਕਰਨ, ਦਾਜ ਲਈ ਤੰਗ ਕਰਨ ਅਤੇ ਡਰਾਉਣ ਸਮੇਤ ਕਈ ਤਰ੍ਹਾਂ ਤਹਿਤ ਕੇਸ ਦਰਜ ਕੀਤਾ ਗਿਆ, ਔਰ ਜਿਨ੍ਹਾਂ ਦੀ ਕੋਈ ਵੀ ਬੁਨਿਆਦ ਨਹੀਂ ਸੀ। ਪਿਛਲੇ ਸਾਲ ਹਰਪ੍ਰੀਤ ਨੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਸੰਬੰਧੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪਹਿਲਾਂ ਹੀ ਆਪਣਾ ਕੇਸ ਦਰਜ ਕਰਵਾ ਦਿੱਤਾ ਸੀ। ਮਲਵਿੰਦਰ ਸਿੱਧੂ ਦੀ ਬੇਟੀ ਅਮਿਤੋਜ਼ ਅਤੇ ਹਰਪ੍ਰੀਤ ਸਿੰਘ ਦੇ ਤਲਾਕ ਦਾ ਕੇਸ ਜ਼ਿਲ੍ਹਾ ਅਦਾਲਤ ਦੇ ਵਿੱਚ ਹਾਲਾਂਕਿ ਚੱਲ ਰਿਹਾ ਸੀ। ਮਾਮਲੇ ਦੀ ਚੌਥੀ ਸੁਣਵਾਈ ਵੀ ਸ਼ਨੀਵਾਰ ਨੂੰ ਸੀ, ਪਰ ਮੋਹਾਲੀ ਨਿਵਾਸ ਹਰਪ੍ਰੀਤ ਦੇ ਮਾਤਾ ਪਿਤਾ ਸ਼ਨੀਵਾਰ ਜਦੋਂ 11:30 ਅਦਾਲਤ ਦੇ ਵਿੱਚ ਉਸਦੇ ਨਾਲ ਪਹੁੰਚਦੇ ਨੇ ਤਾਂ ਉੱਥੇ ਖੜਾ ਸੀ ਘਾਤ ਲਗਾਈ AIG, ਜੋ ਕਿ ਦੇਰ ਬਾਅਦ ਆਉਂਦਾ ਆਪਣੀ ਬੇਟੀ ਦੀ ਤਰਫ ਤੋਂ ਵਕਾਲਤ ਜਿਹੜੀ ਆ ਉਹ ਕਰ ਰਿਹਾ ਸੀ। ਬੇਟੀ ਜੋ ਕਿ 2023 ਦੇ ਵਿੱਚ ਦੇਸ਼ ਛੱਡ ਕੇ ਕੈਨੇਡਾ ਚਲੀ ਗਈ। ਹਰਪ੍ਰੀਤ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਹੁਣ ਹੋਰ ਕਲੇਸ਼ ਨਾ ਹੋਵੇ, ਸਮਝੌਤਾ ਕਰਨਾ ਚਾਹੁੰਦਾ ਸੀ ਮੁੰਡਾ। ਉਸੇ ਕਰਕੇ ਪੂਰਾ ਟੱਬਰ ਅਦਾਲਤ ਦੇ ਵਿੱਚ ਪਹੁੰਚਿਆ ਸੀ। ਤਕਰੀਬਨ 1:30 ਕੋਰਟ ਦੇ ਸਰਵਿਸ ਬਲੌਕ ਦੇ ਵਿੱਚ ਆਇਆ ਸਿੱਧੂ। ਜਿਵੇਂ ਹੀ ਕੇਂਦਰ ਪਹੁੰਚਦਾ ਤਾਂ ਉੱਥੇ ਸਿੱਧੂ ਨੇ ਹਰਪ੍ਰੀਤ ਸਿੰਘ ਨੂੰ ਜੱਫੀ ਪਾਈ, ਕਿਹਾ ਅੱਜ ਹੀ ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ, ਦੇਰ ਨਾ ਲਾਉਣ ਲਈ ਮੁਆਫ਼ੀ ਮੰਗਦਾ। ਫਿਰ ਉਸ ਤੋਂ ਬਾਅਦ ਕੁਝ ਸਮਾਂ ਉਹ ਇਕੱਠੇ ਬੈਠਦੇ ਨੇ। ਸਿੱਧੂ ਨੇ ਵਾਸ਼ਰੂਮ ਜਾਣ ਦਾ ਰਸਤਾ ਪੁੱਛਿਆ। ਇਸ ਦੌਰਾਨ ਹਰਪ੍ਰੀਤ ਨੇ ਉਸਨੂੰ ਰਸਤਾ ਦਿਖਾਉਣ ਦੇ ਲਈ ਨਾਲ ਜਾਂਦਾ। ਜਿਵੇਂ ਹੀ ਦੋਵੇਂ ਵਾਸ਼ਰੂਮ ਦੇ ਵੱਲ ਵੱਧ ਰਹੇ ਹੁੰਦੇ ਨੇ, ਤਿਉਂ ਹੀ ਹਰਪ੍ਰੀਤ ਸਿੰਘ ਦੇ ਉੱਤੇ 4 ਵਾਰ ਗੋਲੀਆਂ ਚਲਾਈਆਂ ਜਾਂਦੀਆਂ ਨੇ, ਉਹ ਵੀ ਇੱਕ ਤੋਂ ਬਾਅਦ ਇੱਕ। ਖੂਨ ਦੇ ਨਾਲ ਲੱਥ-ਪੱਥ ਹਰਪ੍ਰੀਤ ਦੀ ਮ੍ਰਿਤਕ ਦੇ ਅਦਾਲਤ ਦੇ ਕੰਪਲੈਕਸ ਦੇ ਵਿੱਚ ਗਿਰਦੀ ਹੈ, ਔਰ ਉੱਥੇ ਖੜ੍ਹੇ ਤਮਾਮ ਲੋਕ ਸਿਰਫ ਔਰ ਸਿਰਫ
ਤਮਾਸ਼ਾ ਦੇਖਦੇ ਨੇ। ਇੱਕ ਗੋਲੀ ਉਸਦੀ ਛਾਤੀ 'ਚ ਵੱਜਦੀ ਹੈ ਤਾਂ ਦੂਸਰੀ ਉਸਦੇ ਕਮਰ ਦੇ ਹੇਠਾਂ ਲੱਗਦੀ ਹੈ। ਹਾਲਾਂਕਿ ਉੱਥੇ ਬਾਅਦ ਦੇ ਵਿੱਚ ਪੁਲਿਸ ਅਧਿਕਾਰੀ ਆਉਂਦੇ ਨੇ, ਮਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਅਤੇ ਇਸ ਤੋਂ ਪਹਿਲਾਂ ਦੇ ਕੇਸਾਂ ਦੀ ਗੱਲ ਕਰਦੇ ਹਾਂ। 2023 ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਸਿੱਧੂ ਅਤੇ ਉਸਦੇ ਦੋ ਸਾਥੀਆਂ ਖਿਲਾਫ਼ ਜਬਰੀ ਵਸੂਲੀ, ਧੋਖਾਧੜੀ, ਰਿਸ਼ਵਤ ਲੈਣ ਦੇ ਦੋਸ਼ ਤਹਿਤ ਕੇਸ ਦਰਜ ਹੈ। 25 ਅਕਤੂਬਰ 2023 ਨੂੰ ਮੋਹਾਲੀ ਪੁਲਿਸ ਨੇ ਸਿੱਧੂ ਨੂੰ ਗ੍ਰਿਫਤਾਰ ਵੀ ਕੀਤਾ। ਪੁੱਛਗਿੱਛ ਦੌਰਾਨ ਉਸਦੀ ਵਿਜੀਲੈਂਸ ਦਫ਼ਤਰ ਦੇ ਵਿੱਚ ਅਧਿਕਾਰੀਆਂ ਨਾਲ ਹੱਥੋਂ ਪਾਈ ਤੱਕ ਹੋਈ। ਤੁਸੀਂ ਸੋਚੋ, ਜੇਕਰ ਕਿਸੇ ਵਿਅਕਤੀ ਦਾ ਅਜਿਹਾ ਪਿਛੋਕੜ ਰਿਹਾ ਹੋਵੇ ਔਰ ਜੋ ਵਿਅਕਤੀ ਅਦਾਲਤ ਦੇ ਵਿੱਚ ਸਮਝੌਤਾ ਕਰਨ ਦੇ ਲਈ ਆਇਆ ਹੋਵੇ, ਉਸ ਉੱਤੇ ਜੇਕਰ ਇਸ ਤਰੀਕੇ ਦੇ ਨਾਲ ਬੰਦੂਕ ਦੇ ਨਾਲ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਹੀ ਇਹ ਮਾਮਲਾ ਲੋਕਾਂ ਦੇ ਸਾਹਮਣੇ ਹੈ। ਪਰ ਹੁਣ ਚੰਡੀਗੜ੍ਹ ਦਾ ਅਦਾਲਤੀ ਕੰਪਲੈਕਸ ਜਿਹੜਾ ਉਹ ਸੁਰੱਖਿਆ ਦੇ ਸਵਾਲਾਂ ਦੇ ਵਿੱਚ ਹੈ। ਆਖਿਰਕਾਰ ਜਿੱਥੇ ਘਟਨਾ ਹੋਈ ਉੱਥੇ ਕੈਮਰਾ ਕਿਉਂ ਨਹੀਂ ਸੀ? ਪਿਸਟਲ ਅੰਦਰ ਆਈ ਕਿਵੇਂ? ਜੇਕਰ ਆਈ ਤਾਂ ਚੱਲੀ ਕਿਵੇਂ? ਅਤੇ ਜੇਕਰ ਚੱਲੀ ਤਾਂ ਉਸ ਤੋਂ ਬਾਅਦ ਤੁਰੰਤ ਮੈਡੀਕਲ ਸਹੂਲਤ ਮਾਪਿਆਂ ਦੇ ਕਹਿਣ ਦੇ ਬਾਵਜੂਦ ਕਿਉਂ ਨਾ ਦਿੱਤੀ ਗਈ? ਜੇਕਰ ਸ਼ਾਇਦ ਕੁਝ ਸਮਾਂ ਪਹਿਲਾਂ ਹਰਪ੍ਰੀਤ ਨੂੰ ਹਸਪਤਾਲ ਲਿਜਾਇਆ ਜਾਂਦਾ, ਜਿਵੇਂ ਉਹ ਕਹਿ ਰਿਹਾ ਸੀ ਆਪਣੇ ਮਾਪਿਆਂ ਨੂੰ ਕਿ ਮੈਨੂੰ ਹਸਪਤਾਲ ਲੈ ਚੱਲੋ, ਤਾਂ ਸ਼ਾਇਦ ਉਹਦੀ ਜਾਨ ਅੱਜ ਬਚ ਸਕਦੀ ਸੀ। ਇਸ ਦਾ ਜ਼ਿੰਮੇਵਾਰ ਕੌਣ ਹੈ? ਵੱਡਾ ਸਵਾਲ। ਬੇਨਤੀ ਕਰਦੇ ਹਾਂ, ਉਹ ਸਾਨੂੰ ਬੇਨਤੀ, ਸਾਡੇ ਸੁਣਨ, ਸਾਡਾ ਪੁੱਤਰ, ਸਾਡੇ ਪੁੱਤਰ ਦੀਆਂ ਜਿਹੜੀਆਂ ਨੇ ਸਜ਼ਾਵਾਂ ਮਿਲਣੀਆਂ। ਤੁਸੀਂ ਕਹਿੰਦੇ ਵੀ ਚੰਡੀਗੜ੍ਹ ਦੀ ਥਾਵੇਂ ਸੈਂਟਰਲ ਫੋਰਸਿਸ ਕੋਈ ਜਾਂਚ ਕਰ ਰਹੇ ਨੇ? CBI ਜਾਂਚ ਕਰੇ, ਉਹਨੂੰ ਸੌਂਪਿਆ ਜਾਵੇ ਸਾਡਾ ਕੇਸ। ਠੀਕ ਹੈ, ਸਾਨੂੰ ਕੋਈ ਭਰੋਸਾ ਨਹੀਂ ਹੈ ਚੰਡੀਗੜ੍ਹ ਪੁਲਿਸ ਨਾਲ, ਪੰਜਾਬ ਪੁਲਿਸ ਸਾਰੇ ਉਹਦੇ ਪੁਲਿਸ ਵਾਲੇ ਨੇ। ਕੋਈ ਗੱਲਬਾਤ ਨਹੀਂ ਸਾਡੇ ਮਨ ਚ, ਸਾਨੂੰ ਵਿਚਾਰ ਖਤਮ ਕਰ ਦਿੰਦੇ ਆ।